20 मार्च नूं विश्व भर च चिड़ी दिवस मनाया जाता है। यह चिड़ी दिवस चिड़िया दीआं अलोप हो रही प्रजातियां नूं बचाउण लई जागरूकता फैलाउण लई मनाया जाता है। पंजाब विच चिड़िया दीआं अनेक प्रजातियां खत्म होण दे कंडे ने, जिन्हां नूं बचाउण लई कई पंछी प्रेमी यतन कर रहे ने। इन्हां विचों ही एक नौजवान बरनाला दा संदीप तोला है, जो अपने साथियों नाल मिल के पंछियों दीआं प्रजातियां नूं बचाउण दा काम कर रहा है। संदीप अते उसके साथियों ने हुण तक पंछी दीआं प्रजातियां नूं बचाउण लई जिथे सूबे विच 20,000 दे करीब आलणे लगाए ने, उत्थे ही उन्हां ने पंछियों नूं कुदरती रिहायश देण लई वड्डे पद्धर उत्ते दरखत लगाउण दी मुहिम विच लाई है। विश्व चिड़ी दिवस मौके संदीप तोला अते उसके साथियों ने पिंड तोला विखे 500 आलणे लगाए ने। असीं विश्व चिड़ी दिवस की खुशी दे विच अज पूरे पिंड दे विच 500 दे तकरीबन आलणा लगा चुके हैं। ये आलना लगाउण दी जरूरत क्यों पई, इहदे विच बहुत सारे कारण सी, क्योंकि असीं इहनां दीआं जिहड़ियां घरेलू खुड्डां सी, कुदरती सोमे सी इहनां दे, उह ढह ढेरी करते सी। इहदे करके इहनां नूं ब्रीडिंग करन दे लई कोई जगह नहीं सी मिलदी। असीं इहनां नूं जिहड़ा नैसट बॉक्स लगाया उह इक सिर्फ जगह दित्ती है, इस नूं इह अडोप्ट करके अपनी जिहड़ी हैगी आ ब्रीडिंग करदी है, ते तां ही इहदी गिणती जिहड़ी हैगी आ उह वधदी आ। चिड़ी दिवस ते मैं यही कहना भी हर एक इंसान नूं छोटे छोटे उपराले करने चाहिए आ, क्योंकि आपां एक निक्के जे उपराले करके आपां किसी जीव की जान बचा सकते हैं। छोटे जे उपराले नाल आपां बहुत वड्डा काम कर सकते हैं, जिवें घरां दे विच आपां खुड्डां रख के सुक्के कद्दूआं दे आलणे बना के टंग सकते हैं, प्लास्टिक दे गेलणां नूं टंग सकते हैं, लक्कड़ दे आलणे जां मिट्टी दे तौड़े हुंदे अपने घरां दे विच उहनां नूं भी आपां वरतों दे विच लै सकदे आ। इहदे करके आपां पंछियां दे लई बहुत वड्डा उपराला कर सकदे आ। प्रण करना चाहिंदा भी असीं पंछियां नूं अपने मित्र समझांगे, जिवें असीं इस धरती ते रहि रहे आ उवें इहनां नूं भी रहिण दा अधिकार देवांगे। पंछी प्रेमी ने दस्सिया कि उहनां ने इह आलणे विशेष तौर ते लक्कड़ दे अते पुराणी मिट्टी दे नाल तैयार करवाए ने। ਇਨ੍ਹਾਂ ਆਲਣਿਆਂ ਨੂੰ ਦਰਖਤਾਂ, ਖੰਭਿਆਂ ਅਤੇ ਘਰਾਂ ਦੀਆਂ ਛੱਤਾਂ ਉੱਤੇ ਲਗਾਇਆ ਗਿਆ ਹੈ। ਸਾਡੇ ਬਜ਼ੁਰਗ ਦੱਸਦੇ ਹੁੰਦੇ ਆ ਜੀ, ਪਿਛਲੇ ਸਮਿਆਂ ਦੇ ਵਿੱਚ ਘੜੀਆਂ ਨਹੀਂ ਹੁੰਦੀਆਂ ਸੀਗੀਆਂ, ਉਦੋਂ ਸਵੇਰ ਦਾ ਜਿਹੜਾ ਹੁੰਦੀ ਸੀਗੀ ਉਹ ਪੰਛੀਆਂ ਦੀ ਜਿਹੜੀ ਸੁਰੀਲੀਆਂ ਆਵਾਜ਼ਾਂ ਹੁੰਦੀਆਂ ਸੀ, ਚਹਿਚਹਾਟਾਂ ਹੁੰਦੀਆਂ ਸੀ, ਜਾਂ ਜਿੱਦਾਂ ਆਪਾਂ ਮੁਰਗੇ ਦੀਆਂ ਵਾਂਕਾਂ ਕਹਿ ਲਈਏ, ਉਹਨਾਂ ਤੋਂ ਪਤਾ ਲੱਗਦਾ ਸੀ ਵੀ ਸਵੇਰ ਹੋ ਗਈ। ਜਿਹੜੀਆਂ ਕਿ ਉਹ ਚੀਜ਼ਾਂ ਅੱਜ ਕਿਤੇ ਨਾ ਕਿਤੇ ਉੱਡ ਗਈਆਂ ਜਾਂ ਲੁੱਟ ਪੁੱਟ ਹੋ ਗਈਆਂ ਜਾਂ ਖਤਮ ਹੋ ਗਈਆਂ ਨੇਗੀਆਂ, ਉਹਨਾਂ ਦੇ ਮੁੜ ਵਸੇਵੇ ਦੇ ਲਈ ਅਸੀਂ ਆਪਣੇ ਤੌਰ 'ਤੇ ਅਤੇ ਆਪਣੇ ਸਾਥੀਆਂ ਦੇ ਤੌਰ 'ਤੇ ਕੁਝ ਨਿੱਕੇ ਨਿੱਕੇ ਉਪਰਾਲੇ ਕਰ ਰਹੇ ਹਾਂਗੇ। ਖੁਰਾਕ ਤਾਂ ਜੀ ਕੁਛ ਤਾਂ ਇਹ ਆਪਣੇ ਆਪ ਹੀ ਲੈ ਲੈਂਦੇ ਨੇ, ਕੁਛ ਅਸੀਂ ਸਵੇਰੇ ਚੋਗਾ ਪਾਉਂਦੇ ਹਾਂ, ਕਟੋਰਿਆਂ ਦੇ ਵਿੱਚ ਵੀ ਧਰਦੇ ਹਾਂ, ਅਤੇ ਆਮ ਖੁੱਲ੍ਹੀ ਜਨਤਕ ਥਾਵਾਂ ਦੇ ਖੁੱਲ੍ਹੇ ਤਾਂ ਜਗ੍ਹਾ 'ਤੇ ਪਾ ਕੇ ਵੀ ਆਉਂਦੇ ਹਾਂ ਸਵੇਰੇ, ਅਤੇ 2008 ਤੋਂ ਕਰ ਰਹੇ ਹਾਂ ਜੀ ਇਹ। ਅਤੇ ਅੱਜ ਵਰਲਡ ਚਿੜੀ ਦਿਵਸ ਦੇ ਉੱਤੇ ਅਸੀਂ ਆਲਣੇ ਵੀ ਲਾ ਰਹੇ ਹਾਂ ਜੀ, ਅਤੇ ਬੂਟੇ ਵੀ ਲਾ ਰਹੇ ਹਾਂ ਝਾੜੀਦਾਰ। ਕੀ ਸੰਦੇਸ਼ ਦੇਣਾ ਚਾਹੁੰਦੇ? ਬਸ ਸੰਦੇਸ਼ ਤਾਂ ਇਹੀ ਆ ਜੀ, ਆਪਾਂ ਨੂੰ ਜਿਹੜੀ ਕੁਦਰਤੀ ਚੈਨ ਆ ਇਹਨੂੰ ਤੋੜਨਾ ਨਹੀਂ ਚਾਹੀਦਾ, ਇਹਦੇ ਮੁਤਾਬਕ ਚੱਲਣਾ ਚਾਹੀਦਾ। ਇਹਨਾਂ ਵਾਸਤੇ ਮੁੜ ਵਸੇਵਾ ਪੰਛੀਆਂ ਵਾਸਤੇ ਆਪਾਂ ਨੂੰ ਕਰਨਾ ਚਾਹੀਦਾ, ਆਲਣੇ ਲਾਉਣੇ ਚਾਹੀਦੇ ਆ ਘਰਾਂ, ਜਿਹੜੇ ਨਵੇਂ ਘਰ ਬਣਾ ਰਹੇ ਹਾਂ ਆਪਾਂ ਉਹਦੇ ਵਿੱਚ ਆਪਾਂ ਨੂੰ ਖੁੱਡਾਂ ਵਗੈਰਾ ਰੱਖਣੀ ਚਾਹੀਦੀਆਂ ਨੇ, ਤਾਂ ਕਿ ਇਹ ਆਪਦਾ ਮੁੜ ਵਸੇਵਾ ਕਰ ਸਕਣ। ਧੌਲਾ ਪਿੰਡ ਦੇ ਵਾਸੀ ਨੇ ਦੱਸਿਆ ਕਿ ਪਹਿਲੇ ਸਮੇਂ 'ਚ ਮਾੜੀ ਜਿਹੀ ਚੀਜ਼ ਸੁੱਟਣ ਨਾਲ ਹੀ ਵੱਡੀ ਗਿਣਤੀ 'ਚ ਪੰਛੀ ਇਕੱਠੇ ਹੋ ਜਾਂਦੇ ਸੀ, ਪਰ ਹੁਣ ਪੰਛੀ ਅਲੋਪ ਹੋ ਗਏ ਨੇ, ਜਿਨ੍ਹਾਂ ਨੂੰ ਬਚਾਉਣ ਲਈ ਪਿੰਡ ਦੇ ਨੌਜਵਾਨ ਕੰਮ ਕਰ ਰਹੇ ਨੇ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਜਦ ਅਸੀਂ ਰੋਟੀ ਪਕਾਉਣੀ, ਮੇਰੀ ਮਾਂ ਨੇ ਜਦੋਂ ਥੋੜ੍ਹੀ ਥੋੜ੍ਹੀ ਬੁਰਕੀਆਂ ਸਿੱਟਣੀਆਂ ਤਾਂ ਸੈਂਕੜੀ ਚਿੜੀਆਂ ਆ ਜਾਂਦੀਆਂ, ਔਰ ਬੜੇ ਆਰਾਮਦਾਰੀ ਨਾਲ ਖਾਂਦੀਆਂ, ਕੋਈ ਡਰਦੀਆਂ ਨਹੀਂ ਸੀ ਉਹ। ਅਤੇ ਹੁਣ ਕੀ ਹੋ ਗਿਆ, ਹੁਣ ਤਾਂ ਉਈਂ ਪਤਾ ਨਹੀਂ ਕਿੱਧਰ ਗਈਆਂ, ਸਾਰੇ ਹੀ ਅਲੋਪ ਹੋ ਗਿਆ। ਹੁਣ ਬੜਾ ਥੋੜ੍ਹਾ ਜਿਹਾ ਇਹਨਾਂ ਨੇ ਕਰਿਆ ਮਿਹਨਤ, ਮੁੰਡਿਆਂ ਨੇ ਬਹੁਤ ਹੀ ਕਰ ਰਹੇ, ਅਸੀਂ ਵੀ ਨਾਲ ਹੀ ਇਹਨਾਂ ਦੇ। ਅਤੇ ਪਰ ਹੁਣ ਸਾਡੇ ਇੱਥੇ ਚਿੜੀਆਂ ਦੀ ਆਮਦ ਹੈ ਜਿਹੜੀ ਦਿਨੋਂ ਦਿਨ 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 ਵੱਧ ਰਹੀ ਹੈ। ਅਤੇ ਹੋਰਾਂ ਨੂੰ ਵੀ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿੰਨਾ ਵੀ ਹੋ ਸਕਦਾ ਹਰ ਇੱਕ ਨੂੰ ਇਹ ਕਰਨੀ ਚਾਹੀਦੀ ਹੈ, ਕਿਉਂਕਿ ਚਿੜੀਆਂ ਦੇ ਨਾਲ ਨਾਲ ਹੋਰ ਬਾਕੀ ਪ੍ਰਜਾਤੀਆਂ ਵੀ ਆਉਣਗੀਆਂ। ਪ੍ਰਜਾਤੀ ਚਿੜੀ ਦੇ ਵਿੱਚ ਵੀ ਬਹੁਤ ਹੈ, ਵੈਸੇ ਘਰੇਲੂ ਹੈ ਜਿਹੜੀ, ਉਹ ਵੀ ਇੱਥੇ ਬਹੁਤ ਆ ਗਈ। ਸੰਦੀਪ ਧੌਲਾ ਅਤੇ ਉਹਨਾਂ ਦੀ ਟੀਮ ਤੋਂ ਸਾਰਿਆਂ ਨੂੰ ਸੇਧ ਲੈਣ ਦੀ ਲੋੜ ਹੈ ਕਿ ਜਿਹੜੇ ਪੰਛੀ ਅਲੋਪ ਹੋ ਰਹੇ ਨੇ ਉਹਨਾਂ ਨੂੰ ਬਚਾਇਆ ਜਾਵੇ। ਬਰਨਾਲਾ ਤੋਂ ਲਖਵੀਰ ਚੀਮਾ ਦੀ ਰਿਪੋਰਟ, ETV ਭਾਰਤ।